Good. ਹਾਂਜੀ ਮਿੱਤਰੋ, ਕਿਵੇਂ ਹੋ ਸਾਰੇ? ਹੋਪ ਸਾਰੇ ਘੈਂਟ ਹੋਣਗੇ। ਵੈਲਕਮ ਆ ਤੁਹਾਡੇ ਆਪਣੇ ਯੂਟਿਊਬ ਚੈਨਲ ਦਿਵਰਾਜ ਵਲੌਗਸ 'ਤੇ। ਅਤੇ ਅੱਜ ਦੇ ਵਲੌਗ 'ਚ ਆਪਾਂ ਫਿਰ ਥੋੜ੍ਹੀ ਜਿਹੀ ਪੰਗੇ ਪੁੰਗੇ ਲਵਾਂਗੇ, ਸਟੰਟ ਸਟੁੰਟ ਮਾਰਾਂਗੇ ਸਪਲੈਂਡਰ 'ਤੇ। ਅਤੇ ਆਪਣੇ ਕੋਲ ਹੈਗਾ ਡਿਸਕਵਰ, ਅਤੇ ਆਹ ਬਾਈ ਹੁਣੀ ਆਏ ਆ। ਹੋਰ ਕਿਵੇਂ ਆ ਪੰਡਤ? ਆਹ ਬਾਈ ਦਾ ਕੀ ਨਾਂ ਸੀਗਾ? ਰੋਸ਼ਨ। ਆਹ ਹੈਗਾ ਬਲਕਰਨ, ਹੈ ਨਾ। ਆਹ ਸਪਲੈਂਡਰ ਆਇਆ ਜਿਹੜਾ ਪਿਛਲਾ ਵਲੌਗ ਪਲਟੀਨੇ ਵਾਲਾ ਸੀਗਾ, ਉਹਦੇ ਪਲਟੀਨੇ ਦਾ ਹੀ ਸੀਗਾ, ਹੈ ਨਾ। ਚੰਗਾ ਆਪਾਂ ਘਸਾ ਕੇ ਤੋਰੀ ਦਾ ਜਿਹੜਾ ਮੋਟਰਸਾਈਕਲ ਸਾਡੇ ਹੱਥ ਲੱਗੇ। ਪਰ ਐਂ ਨੁਕਸਾਨ ਵੀ ਹੁਣ ਆਪਾਂ ਤਾਂ ਹੁਣ ਲੱਗੇ ਹੋਏ ਆ ਹੁਣ। ਤੇ ਬਾਕੀ ਆਹ ਡਿਸਕਵਰ ਦੇਖੋ, ਹੈ ਨਾ, ਕਿੱਡਾ ਇੰਜਨ ਆ ਇਹਦਾ। ਆਹ ਚੈੱਕ, 135 ਸੀਸੀ ਆ। ਕਹਿੰਦੇ 100 ਨਹੀਂ ਹੈਗਾ, 135 ਸੀਸੀ ਆ, ਜ਼ੋਰ ਫੁੱਲ ਆ। ਤੇ ਚਲੋ ਫਿਰ ਅੱਜ ਮਾੜੇ ਮੋਟੇ ਸਟੰਟ ਮਾਰਦੇ ਹਾਂ, ਅੱਗੇ ਆਪਾਂ ਟੂਜਨ ਟਾਜਨ ਵੀ ਲਾਵਾਂਗੇ, ਪੂਰੀ ਗੱਲਬਾਤ ਐਂਡ ਕਰਾਵਾਂਗੇ, ਤੇ ਵਲੌਗ ਨਾਲ ਬਣੇ ਰਹਿਓ, ਹੈ ਨਾ। ਤੇ ਚਲੋ ਫਿਰ ਸਟੰਟ ਸਟੁੰਟ ਮਾਰੀਏ, ਪ੍ਰੈਕਟਿਸ ਕਰਨੀ ਆ। ਬਾਈ ਨੇ ਵੀ ਸਟੰਟ ਸਿੱਖਣੇ ਆ, ਵੀ ਸਿੱਖਣੇ ਆ, ਸਿੱਖਾਂਗੇ, ਹੈ ਨਾ। ਮੈਂ ਵੀ ਹਜੇ ਐਵੇਂ ਕਹਾਂ, ਮੈਂ ਵੀ ਆਪਾਂ ਵੀ 10-20% ਸਿੱਖੇ ਹਾਂ ਜੀ। ਆਪਾਂ ਇਹ ਗੱਲਬਾਤ ਕਰਾਉਣੀ ਆ ਕਿ ਚੱਕ ਕੇ ਐਂ ਗੋਲ ਗੋਲ ਘੁਮਾਈਏ, ਉਹ ਗੱਲ ਬਣਦੀ ਆ ਇੱਕ ਹੱਥ ਛੱਡ ਕੇ। ਇਹਨਾਂ ਨੂੰ ਵੀ ਸਿਖਾਵਾਂਗੇ, ਬਿਗਨਰ ਹੀ ਤਾਂ ਸਿਖਾਉਣੇ ਆ। ਤੇ ਚਲੋ ਮਿੱਤਰ, ਵਲੌਗ ਕਰੋ, ਇੰਜੋਏ। ਸੈਲਫ ਬੰਦ ਕੀਤੀ, ਲੱਕੜੇ ਲਾ ਕੇ ਕਰ ਰਿਹਾ ਸਾਰਾ ਮੋਟਰਸਾਈਕਲ ਆ ਨਹੀਂ। ਬਹੁਤ ਕਾਮਯਾਬ ਮੋਟਰਸਾਈਕਲ ਆ ਨਾਲੇ, ਹੈ ਨਾ। ਇੰਜਨ ਇੱਕ ਵੱਡੀ ਨਾ ਸਾਡੇ ਵੀ ਖੜਾ ਦਿਖਾਊਂਗਾ ਹੁਣ। ਇਹਨਾਂ ਦਾ ਡਿੱਗਦੇ ਹੀ ਰਹਿੰਦੇ ਆ, ਪਰ ਉਹਦਾ ਹੀ ਕੰਮ ਆ, ਇਹ ਤਾਂ ਖਰੀ ਘੱਟ ਆ। ਨਵੇਂ ਨਵੇਂ ਜਿਹੜੇ ਮੁੰਡੇ ਸਿੱਖਦੇ ਆ, ਇਹਨੇ ਜਿਵੇਂ ਬ੍ਰੇਕ ਨਹੀਂ ਮਾਰੀ ਪਹਿਲਾਂ, ਇੰਨਾ ਚੱਕਿਆ ਨਾਲ ਹੀ ਬ੍ਰੇਕ। ਬ੍ਰੇਕ ਲਾਉਣ
ਦਰਸ਼ਕਾਂ ਨੇ ਤੇਰੀ ਐਂਟਰੀ ਨਹੀਂ ਦੇਖਦੀ ਉਹ ਕਹਿੰਦੇ ਹੋਰ ਆਈ ਜਾਵੇ ਮੈਂ ਆਈ ਜਾਵੇ ਜਰਾ ਸਪਲੈਂਡਰ ਦਾ ਸਾਈਕਲ ਹੁਣ ਖੋਲਤਾ ਲੱਗਾ ਹੁੰਦਾ ਸੀਗਾ।